ਫਗਵਾੜਾ ਦੇ ਇੱਕ ਪ੍ਰਸਿੱਧ ਪਬਲਿਕ ਸਕੂਲ ਦੇ ਵਿੱਚ ਇੱਕ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 4 ਸਾਲਾ ਬੱਚੇ ਨਾਲ ਅਸ਼ਲੀਲ ਹਰਕਤ ਕੀਤੀ ਗਈ ਹੈ। ਬੱਚੇ ਨਾਲ ਇਸ ਹਰਕਤ ਨੂੰ ਅੰਜਾਮ ਦੇਣ ਦੇ ਇਲਜ਼ਾਮ ਲੱਗੇ ਹਨ ਸਕੂਲ ਦੇ ਇੱਕ ਸਫਾਈ ਕਰਮਚਾਰੀ ਉੱਤੇ। ਬੱਚੇ ਨਾਲ ਹੋਏ ਇਸ ਸ਼ੋਸ਼ਣ ਸੰਬੰਧੀ ਜਦੋਂ ਮਾਪਿਆਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਇਸ ਲਈ ਆਪਣੀ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਸਕੂਲ ਵਿੱਚ ਪੜ੍ਹ ਰਹੇ ਹੋਰ ਵੀ ਵਿਦਿਆਰਥੀਆਂ ਦੇ ਮਾਪਿਆਂ ਨੇ ਪੀੜਤ ਪਰਿਵਾਰ ਦਾ ਸਾਥ ਦਿੱਤਾ ਅਤੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਰਾਤ 11:30 ਨਾਲ ਦਰਖਾਸਤ ਦਿੱਤੀ ਇਹਦੇ ਮਾਪਿਆਂ ਨੇ। ਸੁਖਮਜੋਤ ਬੱਚਾ ਵਾ, ਉਹ ਕਹਿੰਦਾ ਹੈ ਵੀ ਉਹਦੇ ਪਿੰਡ ਕੋਈ ਛੇੜਛਾੜ ਹੋਈ ਹੈ। ਉਹਦੇ ਸੰਬੰਧ ਵਿੱਚ ਸਵੇਰੇ ਰਾਤ ਲੇਟ ਹੋਣ ਕਰਕੇ 12 ਤਕਰੀਬਨ ਵੱਜ ਗਏ। ਉਹਦੇ ਵਿੱਚ ਅਸੀਂ ਸਵੇਰੇ ਉਹਦਾ ਬੱਚੇ ਦਾ ਮੈਡੀਕਲ ਕਰਾਇਆ ਅਤੇ ਡਾਕਟਰ ਸਾਹਿਬ ਨੇ ਮੈਡੀਕਲ ਕਰ ਦਿੱਤਾ ਸੀ। ਮੈਡੀਕਲ ਦੇ ਵਿੱਚ ਕੋਈ ਚੀਜ਼ ਨਹੀਂ, ਡਾਕਟਰ ਨੇ ਆਖਿਆ ਨਾ ਓਲਡ ਇੰਜਰੀ ਹੈ ਨਾ ਫਰੈਸ਼ ਇੰਜਰੀ, ਨਾ ਕੋਈ ਕੋਕਰਮ ਹੈ, ਕੋਈ ਵੀ ਕਰਨ ਨਹੀਂ ਇਹੋ ਜਿਹੀ। ਡਾਕਟਰ ਨੇ ਰਿਪੋਰਟ ਮੈਡੀਕਲ ਜਿਹੜੀ ਦਿੱਤੀ। ਹੁਣ ਜਿਹੜੀ ਫਾਈਲ ਆ ਉਹ SHO ਸਾਹਿਬ ਨੇ ਦੋਵਾਂ ਪਾਰਟੀਆਂ ਨੂੰ ਟਾਈਮ ਦਿੱਤਾ ਵਾ ਅਤੇ 5 ਵਜੇ ਦੋਵਾਂ ਪਾਰਟੀਆਂ ਇਕੱਠੇ ਹੋਣਾ। ਸਕੂਲ ਦਾ ਜਿਹੜਾ ਰਿਕਾਰਡ ਸਾਰਾ ਹਾਸਿਲ ਕਰ ਰਿਹਾ, ਜਿਹੜੀ ਬਣਦੀ ਕਾਰਵਾਈ ਉੱਥੇ ਅਫਸਰਾਂ ਵੱਲੋਂ ਹੋਊਗੀ। ਹਾਂਜੀ ਸਰ, ਸਕੂਲ ਪ੍ਰਸ਼ਾਸਨ ਵੱਲੋਂ ਜਿਹੜੀ ਸਾਰੀ ਘਟਨਾ ਉਹ ਸਾਰਿਆਂ ਦੇ ਸਾਹਮਣੇ ਆ ਚੁੱਕੀ ਆ। ਸਕੂਲ ਪ੍ਰਸ਼ਾਸਨ ਵੱਲੋਂ ਹਜੇ ਤੱਕ ਕੋਈ ਵੀ ਨਾ ਉਸ 'ਤੇ ਐਕਸ਼ਨ ਲਿਆ ਗਿਆ ਹੈ ਅਤੇ ਨਾ ਕੁਛ ਵੀ, ਮੈਨੂੰ ਹਜੇ ਪੋਜ਼ੀਟਿਵਲੀ ਲੱਗ ਰਹੀ ਆ। ਅੱਜ ਸਾਰੇ ਮਾਤਾ ਪਿਤਾ ਮੇਰੇ ਨਾਲ ਇੱਥੇ ਖੜ੍ਹੇ ਆ, ਕਿਉਂਕਿ ਜੇ ਅੱਜ ਉਹ ਕਹਿੰਦੇ ਆ ਤੁਹਾਡਾ ਬੱਚਾ ਤਾਂ ਕੱਲ੍ਹ ਨੂੰ ਸਾਡਾ ਵੀ ਹੋ ਸਕਦਾ ਆ, ਉਹ ਚਾਹੁੰਦੇ ਆ। ਔਰ ਮੈਂ ਵੀ ਇਹ ਚਾਹੁੰਦੀ ਹਾਂ ਤੈ ਦਿਲ ਤੋਂ ਕਿ ਸਖ਼ਤ ਤੋਂ ਸਖ਼ਤ ਉਸ ਬੰਦੇ 'ਤੇ ਕਾਰਵਾਈ ਕੀਤੀ ਜਾਏ। ਔਰ ਉਹਨੂੰ ਔਰ ਪ੍ਰਿੰਸੀਪਲ ਮੈਮ ਬਾਰ ਬਾਰ ਕਹਿ ਰਹੇ ਆ, ਮਤਲਬ ਕੱਲ੍ਹ ਸ਼ਾਮ ਨੂੰ ਸਾਰੀ ਉਹ ਬੰਦਾ ਐਡਮਿਟ ਕਰ ਚੁੱਕਾ, ਮੰਨ ਚੁੱਕਾ ਸੀ, ਅੱਜ ਉਹ ਫਿਰ ਕਹਿ ਰਹੇ ਆ ਕਿ ਸ਼ਾਇਦ ਹੋਇਆ ਸ਼ਾਇਦ ਨਹੀਂ ਹੋਇਆ। ਔਰ ਮੈਂ ਚਾਹੁੰਦੀ ਹਾਂ ਕਿ ਇਹ ਜਿਹੜੀ ਗੱਲ ਹੈ ਇਹ ਪੂਰੀ ਸਾਰੇ ਜਿਹੜੇ ਪੇਰੈਂਟਸ ਆ ਉਹ ਸੁਣਨ ਅਤੇ ਇੱਥੇ ਆਉਣ। ਪੁਲਿਸ ਨੇ ਜੀ ਉਸ ਬੰਦੇ ਨੂੰ ਕੱਲ੍ਹ ਸਵੇਰੇ ਹੀ ਫੜ ਲਿਆ ਸੀ ਅਤੇ ਉਹਨੂੰ ਪੁੱਛਗਿੱਛ ਜਾ ਰਹੀ ਹੈ, ਪਰ ਮੈਨੂੰ ਹਜੇ ਤੱਕ ਉੱਥੇ ਬਾਅਦ 'ਚ ਸਵੇਰੇ ਉਹਨਾਂ ਨੂੰ ਪੁੱਛਗਿੱਛ ਕਰਕੇ ਸ਼ਾਮ ਨੂੰ ਉਸ 5:30 ਵਜੇ ਸਾਡੇ ਕੋਲ ਮੰਨ ਗਿਆ ਸੀ। ਰਿਟਰਨ ਮੇਰੇ ਕੋਲ ਹੈਗਾ ਆ ਸਰ, ਮਾਫੀਨਾਮਾ ਹੋਇਆ ਆ। ਹਾਂਜੀ।